ਕੀ ਨਾਮ ਹੈ ਤੁਹਾਡਾ? ਅੰਗਰੇਜ਼ ਸਿੰਘ ਜੀ, ਬੁਰਜ ਪਵਾਦ ਜੀ। ਕੀ ਮਾਮਲਾ ਜੀ ਜਿਹੜਾ ਤੁਸੀਂ ਅੱਜ ਕੱਟ? ਸਰ ਅਸੀਂ 29 ਤਰੀਕ ਨੂੰ ਲੈ ਕੇ ਗਏ ਸੀ ਰੋਟਾਵੇਟਰ, 29 ਤਰੀਕ ਨੂੰ ਰਾਤ 10 ਵਜੇ ਇਹ ਆਪਣੇ ਸੁਖਮਣੀ ਐਗਰੂ ਨੂੰ, ਆਪਣੇ ਮਾਛੀਵਾੜਾ ਸਾਹਿਬ ਰੋਟਾਵੇਟਰ ਲੈ ਕੇ ਗਏ ਸੀ ਰਾਤ ਨੂੰ। ਮਤਲਬ ਅਸੀਂ ਰਾਤ ਨੂੰ ਸਾਨੂੰ ਇੰਨਾ ਪਤਾ ਨਹੀਂ ਲੱਗਿਆ ਹੈਗਾ ਵੀ ਮਤਲਬ ਰੋਟਾਵੇਟਰ ਪੁਰਾਣਾ ਜਾਂ ਕੀ ਚੱਕਰ, ਜਿੱਦਾਂ ਵੀ ਹੈਗਾ। ਅਸੀਂ ਦੂਜੇ ਦਿਨ ਜਾ ਕੇ ਸਵੇਰੇ ਦੇਖਿਆ, ਜਦੋਂ ਘਰਦਿਆਂ ਨੇ ਦੇਖਿਆ ਅਸੀਂ ਦੇਖਿਆ, ਕਹਿੰਦੇ ਵੀ ਰੋਟਾਵੇਟਰ ਪੁਰਾਣਾ ਹੈਗਾ ਵੀ ਤੁਸੀਂ ਕਿਤੇ ਲਏ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪੁਰਾਣਾ ਇਹ? ਸਰ ਇੱਥੇ ਮਤਲਬ ਇੱਕ ਤਾਂ ਹੈਗਾ 2021-22 ਹੈ, ਇੱਕ ਸਾਰੇ ਦਾ ਸਾਰਾ ਕਲਰ ਕੁਲਰ ਸਾਰਾ ਜਿਹੜਾ ਮਤਲਬ ਮੁਗਲੈਲ ਵਗੈਰਾ ਜੋ ਵੀ ਹੈਗਾ ਉਹ ਸਾਰਾ ਨਿਕਲਦਾ ਬਾਹਰ, ਮਤਲਬ ਸਾਰਾ ਪੇਂਟ ਉੱਪਰ ਖਰਾਬ ਹੋਇਆ। ਜਿਹੜੀ ਆ ਪਲੇਟ ਉੱਪਰ ਹੈ ਇਹ ਪਲੇਟ ਦਾ ਰੰਗ ਹੋਰ ਹੈ, ਪਰਲੀ ਪਲੇਟ ਦਾ ਰੰਗ ਹੋਰ ਹੈ। ਕਿੰਨੇ ਦਾ ਲੈ ਕੇ ਗਏ ਸੀਗੇ ਜੀ ਇਹ? ਸਰ ਮੇਰਾ ਸੌਦਾ ਹੋਇਆ ਸੀ 1,16,000 ਦਾ। ਨਵਾਂ ਕਹਿ ਕੇ ਦਿੱਤਾ ਜੀ ਤੁਹਾਨੂੰ? ਹਾਂਜੀ ਨਵਾਂ ਕਹਿ ਕੇ ਦਿੱਤਾ। ਹਾਂਜੀ ਹਾਂਜੀ, ਪੇਮੈਂਟ ਸਰ ਅਸੀਂ 50,000 ਰੁਪਇਆ ਨੂੰ ਗੂਗਲ ਪੇ ਕਰਿਆ। ਹਾਂਜੀ ਮੈਂ ਆਪਣੇ ਅਕਾਊਂਟ 'ਚ ਕਰਿਆ 50,000 ਰੁਪਇਆ। ਤੇ ਸਰ ਅਸੀਂ ਰਾਤ ਨੂੰ 10 ਵਜੇ ਲੈ ਗਏ, ਤੇ ਜਦੋਂ ਸਵੇਰੇ ਅਸੀਂ ਦੇਖਿਆ ਵੀ ਰੋਟਾਵੇਟਰ ਪੁਰਾਣਾ ਹੈਗਾ, ਵੀ ਨਹੀਂ ਮਤਲਬ ਘਰਦੇ ਵੀ ਕਹਿਣ ਲੱਗੇ ਤੁਸੀਂ ਪੇਮੈਂਟ ਦੇ ਆਇਓ, 50,000 ਦਿੱਤਾ, ਬਾਕੀ ਵੀ ਮਤਲਬ ਪੇਮੈਂਟ ਦੇਣੀ ਆ, ਵੀ ਰੋਟਾਵੇਟਰ ਪੁਰਾਣਾ ਕਿਉਂ ਲੈ ਕੇ ਆਏ। ਫਿਰ ਮੈਂ ਮਹਿੰਦਰਾ ਜਿਹਾ ਮੁੰਡਾ ਲੱਗਿਆ ਸਾਡਾ ਪਿੰਡ ਤੋਂ, ਮਤਲਬ ਨਾਲ ਦੇ ਪਿੰਡ ਭਾਣ ਜਾਈ ਆ, ਉਹਨੂੰ ਮੈਂ ਕਾਲ ਕੀਤੀ ਸਵੇਰੇ 7 ਵਜੇ ਦੇ ਕਰੀਬ, ਬਈ ਅਸੀਂ ਰੋਟਾਵੇਟਰ ਨਹੀਂ ਰੱਖਣਾ, ਵੀ ਸਾਡਾ ਵਾਪਸ ਕਰਵਾ ਦਿਓ। ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ, ਸੁਖਮਣੀ ਵਾਲਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਸਾਡਾ ਰੋਟਾਵੇਟਰ ਸਾਨੂੰ ਵਾਪਸ ਕਰ ਜਾਓ, ਤੁਸੀਂ ਪੇਮੈਂਟ ਆਪਣੀ ਲੈ ਜਾਓ। ਮੈਨੂੰ ਨੀ ਇਹਨਾਂ ਇਹਨੂੰ ਕਹੀ ਆ ਗੁਰਜੰਟ ਨੂੰ। ਇਹ ਗੁਰਜੰਟ ਇਹ ਮਤਲਬ ਮਹਿੰਦਰਾ ਚ ਲੱਗਿਆ, ਇਹ ਡੀਲਰਸ਼ਿਪ ਇਹ ਕਰਦਾ ਰੋਟਾਵੇਟਰ ਦੀ। ਹਾਂਜੀ ਜਿਹਨੇ ਦਵਾਇਆ ਸੀ। ਹਾਂਜੀ 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 ਜਿਹਨੇ ਡੀਲ ਕਰਾਈ। ਸਰ ਅਸੀਂ ਫਿਰ ਮੈਂ ਬਾਰਕੋਡ ਭੇਜਤਾ ਇਹਨਾਂ ਨੂੰ ਉਸ ਦਿਨ ਐਤਵਾਰ ਨੂੰ, ਸੰਡੇ ਨੂੰ ਸਵੇਰੇ 9:30-9:30 10 ਵਜੇ ਸਾਡਾ ਟਰੈਕਟਰ ਆ ਕੇ ਰੋਟਾਵੇਟਰ ਇੱਥੇ ਮੋੜ ਗਿਆ, ਲਾ ਗਿਆ ਇਹਨਾਂ ਨੂੰ ਮੁੜ ਕੇ। ਬਾਅਦ 'ਚ ਮੈਂ 11-12 ਵਜੇ ਫੋਨ ਕੀਤਾ, ਕਹਿੰਦੇ ਸ਼ਾਮ ਨੂੰ ਪਾ ਦਿੰਦੇ ਪੇਮੈਂਟ। ਇਹਨਾਂ ਨਾਲ ਗੱਲ ਹੋਈ, ਕਹਿੰਦੇ ਵੀ ਮੁੜ ਕੇ ਸ਼ਾਮ ਤੱਕ ਨਾ ਦੂਜੇ ਦਿਨ। ਫਿਰ ਮੇਰੀ ਗੱਲ ਹੋਈ 2-3 ਦਿਨ, ਇਹ ਵੀ ਕਹਿੰਦਾ ਰਿਹਾ ਪੇਮੈਂਟ ਪਾਓ ਪੇਮੈਂਟ ਪਾਓ, ਮੁੜ ਕੇ ਇਹਨਾਂ ਨੂੰ ਇਹਨੂੰ ਜਵਾਬ ਦਿੱਤਾ, ਕਹਿੰਦੇ ਅਸੀਂ ਪੇਮੈਂਟ ਨਹੀਂ ਪਾੜੀ, ਜੋ ਕੁਝ ਹੁੰਦਾ ਕਰ ਲਓ। ਕਿਹੜੇ ਮਹਿੰਦਰਾ ਨਾਲ? ਸਰ ਹਾਂ ਉਹਨਾਂ ਵੀ ਗੱਲ ਕੀਤੀ ਹੈ, ਇਹਨਾਂ ਨਾਲ ਵੀ ਗੱਲ ਹੋਈ ਆ ਮੇਰੀ, ਇਹਦੇ ਕਹਿੰਦੇ ਵੀ ਆਉਂਦੇ ਨੇ ਦੁਕਾਨ ਤੇ, ਆਉਂਦੇ ਨੇ ਸੁਖਮਣੀ ਵਾਲੇ ਨਾਲ ਵੀ ਕਈ ਵਾਰੀ ਸਾਡੀ ਗੱਲ ਹੋਈ ਆ। ਸਰ 29 ਤਰੀਕ ਰਾਤ 10 ਵਜੇ ਅਸੀਂ ਲੈ ਕੇ ਗਏ ਹਾਂ, 30 ਤਰੀਕ ਨੂੰ ਸਵੇਰੇ 11-12 ਵਜੇ ਅਸੀਂ ਮੁੜ ਗਏ। 30 ਨੂੰ ਦੇਖ ਲਓ ਅੱਜ 4 ਤਰੀਕ ਹੋ ਗਈ। ਮੰਗ ਕੀ ਕਰਦੇ ਨੇ? ਮੰਗ ਸਰ ਇਹ ਕਰਦੇ ਆ ਅਸੀਂ, ਸਾਡੇ ਪੇਮੈਂਟ ਸਾਨੂੰ ਦਵਾਈ ਜਾਵੇ, ਜਿੱਦਾਂ ਵੀ ਹੈਗਾ ਸਰ ਪੇਮੈਂਟ ਸਾਡੀ ਸਾਨੂੰ ਮਿਲਣੀ ਚਾਹੀਦੀ। ਫਿਰ ਏਦਾਂ ਹੀ ਜਾਰੀ ਰਹੂਗਾ ਜੀ, ਧਰਨਾ ਜਾਰੀ ਰਹੂਗਾ ਜੀ। ਬਸ ਸਰ ਹਜੇ ਫੋਨ ਤੇ ਗੱਲ ਹੋਈ ਆ, ਬਾਕੀ ਆ ਜਾਣਗੇ ਸਾਡੇ ਪ੍ਰਧਾਨ ਸਾਹਿਬ ਆ ਜਾਣਗੇ। ਸਾਡੇ ਲਖਵਾਲ ਸਾਹਿਬ ਇਹਨਾਂ ਦਾ ਸਾਥ, ਹਾਂਜੀ ਸਾਰੇ, ਹਾਂਜੀ ਪ੍ਰਧਾਨ ਜੀ ਸਾਰੇ ਜਿੰਨੇ ਵੀ ਨਾਲ ਨੇ ਸਾਡੇ। ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਜੰਟ ਸਿੰਘ ਜੀ। ਕੀ ਤੁਹਾਡੇ ਨਾਲ? ਮੈਂ ਤਾਂ ਪੌਂਕੇ ਪਿੰਡ ਪੈਦਾ ਜੀ। ਅੱਛਾ, ਜਿਹੜਾ ਧਰਨਾ ਲਗਾਇਆ ਇਹ ਕੀ ਕਰਨਾ ਤੁਹਾਡੇ ਵੱਲੋਂ? ਕੀ ਡੀਲਿੰਗ ਹੋਈ ਹੈ? ਡੀਲਿੰਗ ਇਹ ਸੀ ਸਾਰੀ ਡੀਲ, ਮਤਲਬ ਜੋ ਸੁਖਮਨੀ ਐਗਰੋ ਦੇ ਸੁਰੇਸ਼ਪਾਲ ਸਿੰਘ ਉਹ ਸਾਡੇ ਡੀਲਰ ਨੇ, ਤੇ ਮੈਂ ਮਹਿੰਦਰਾ ਕੰਪਨੀ 'ਚ ਕੰਮ ਕਰਦਾ ਸੀਗਾ। ਸਾਰੀ ਡੀਲ ਅਸੀਂ ਕੀਤੀ ਆ ਥਰੂ ਡੀਲਰ ਤੋਂ, ਸਾਰਾ ਪੁੱਛ ਕੇ ਡੀਲ ਕਰਨ ਲੱਗਿਆ ਵੀ, ਉਹ ਡੀਲ ਜਦੋਂ ਛੱਡਣ ਲੱਗਿਆ ਸਾਰਾ ਕੁਝ ਪੁੱਛ ਕੇ ਹੋਇਆ। ਚਲੋ ਗੱਲਬਾਤ ਇਹ ਆ ਵੀ ਘਰੇ ਕਈ ਚੀਜ਼ ਪਸੰਦ ਨਹੀਂ ਆਈ, ਸੁਰੇਸ਼ਪਾਲ ਨੂੰ ਕੋਲ ਕਰਕੇ ਮੈਂ ਕਿਹਾ ਵੀ ਪੇਮੈਂਟ ਇੱਦਾਂ ਕਰਕੇ, ਇੱਕ ਤਾਂ ਪੇਮੈਂਟ 50,000 ਰੁਪਇਆ ਪਾਈ ਸੀਗੀ, ਪਸੰਦ ਵੀ ਆਈ ਸੀ ਕੁਝ, ਚਲੋ ਇੱਦਾਂ ਹੀ ਸਮਝ ਲਓ ਤੁਸੀਂ, ਪਸੰਦ ਹੀ ਨਹੀਂ ਆਈ ਸੀ ਘਰਦਿਆਂ ਨੇ, ਗਿਆ ਥੋੜ੍ਹਾ ਰੰਗ ਥੋੜ੍ਹਾ। ਜਿਨ੍ਹਾਂ ਨੇ ਲਿੱਤਾ ਉਹਨਾਂ ਦਾ ਇਹ ਕਹਿਣਾ ਕਿ ਇਹ ਪੁਰਾਣੀ ਸੀ ਤਾਂ ਕਰਕੇ ਅਸੀਂ ਵਾਪਸ ਕੀਤੀ।
ਮੇਰੀ ਸੁਣੋ ਗੱਲ ਜੀ, ਮੇਨ ਮਕਸਦ ਇਹੀ ਆ ਵੀ ਜਦੋਂ ਚੀਜ਼ ਘਰੇ ਗਈ ਆ, ਥੋੜਾ ਹਨੇਰਾ ਵੀ ਸੀਗਾ, ਘਰੇ ਗਈ ਆ ਚੀਜ਼, ਉਸ ਸਮੇਂ ਥੋੜਾ ਕਿਹਾ ਵੀ ਚਲੋ ਪਸੰਦ ਹੀ ਸਮਝ ਲਓ ਤੁਸੀਂ, ਤੇ ਰਾਤ ਘਰਦਿਆਂ ਨੇ ਗਿਆ, ਚਲੋ ਅਸੀਂ ਕਿਹਾ ਸਾਰਾ ਕੁਛ ਹੋ ਗਿਆ, ਬਿਲਕੁਲ ਨੋਰਮਲ ਸੀ, ਕੋਈ ਏਦਾਂ ਦਾ ਰੌਲਾ ਰੱਪੇ ਵਾਲੀ ਗੱਲ ਨੀ ਸੀਗਾ। ਚਲੋ ਨਵੇਂ ਰੂਟਾਵੇਟਰ ਦੀ ਕੀਮਤ ਹੈਗੀ 1,35,000, ਅਸੀਂ ਡਿਸਕਾਊਂਟ ਕਰਕੇ ਜਿਹਨਾਂ ਨਾਲ ਡੀਲ ਹੋ ਗਈ ਸੀ ਸਾਰੀ ਇਹ। ਨਹੀਂ ਨਹੀਂ, ਡਿਸਕਾਊਂਟ ਇਸ ਲਈ ਦਿੱਤਾ ਕਿਉਂਕਿ ਸਾਡੀ ਰਿਸ਼ਤੇਦਾਰੀ, ਸਾਡੀ ਰਿਸ਼ਤੇਦਾਰੀ ਇਹਨਾਂ ਨਾਲ, ਹਾਂ ਤੇ ਹਾਂ ਉਹਦੇ ਕਰਕੇ ਫਿਰ ਇਸ ਕਰ ਚਲੋ ਪੇਮੈਂਟ ਵਾਸਤੇ ਗੱਲ ਹੋਈ। ਜਦੋਂ ਆਪਾਂ ਚੀਜ਼ ਲੈ ਗਏ, ਜਦੋਂ ਵਾਪਸ ਕਰ ਗਈ ਪੇਮੈਂਟ, ਚੀਜ਼ ਆਪਣੇ ਕੋਲ ਖੜ ਗਈ ਸਹੀ ਸਲਾਮਤ ਆ ਕੇ, ਕੋਈ ਉਹਦੇ ਵਿੱਚ ਸ਼ੋਰਟੇਜ ਨਹੀਂ ਸੀ, ਕੁਛ ਵੀ ਨਹੀਂ ਹੈਗਾ ਜੀ। ਪੇਮੈਂਟ ਅਗਲੇ ਦਿਨ ਗੱਲ ਹੋਈ, ਪਿਆ ਯਾਰ ਮੋੜ ਦਿਓ, ਤਾਂ ਉਹਦੇ ਕਰਕੇ ਥੋੜ੍ਹਾ ਜਿਹਾ ਸੁਰੇਸ਼ਪਾਲ ਜੋ ਡੀਲਰ ਆ ਸਾਡਾ ਉਹ ਕਰਨ ਲੱਗਾ ਵੀ ਮੈਂ ਪੇਮੈਂਟ ਨਹੀਂ ਮੋੜਦਾ, ਵੀ ਇੱਦਾਂ ਕਰਕੇ ਜਾਵਾਂ 20,000 ਕੱਟੂੰਗਾ ਮੈਂ। ਉਹਦੇ ਕਰਕੇ ਥੋੜ੍ਹਾ ਡੀਲ ਚੱਲਦੀ ਗਈ, 2-4 ਦਿਨ ਪੈਂਦੇ ਗਏ, ਵਿੱਚ ਗੱਲਾਂ ਬਾਤਾਂ ਹੋਈਆਂ, ਫਿਰ ਲਾਸਟ ਜੋ ਫਾਈਨਲ ਆ ਅੱਜ ਸਾਡੇ ਪ੍ਰਧਾਨ ਸਾਹਿਬ ਆਏ ਹੋਏ ਨੇ, ਇਹਨਾਂ ਗੱਲਬਾਤ ਕੀਤੀ ਵੀ ਕਿੱਦਾਂ ਵੀ ਤੂੰ ਹੀ, ਫਿਰ ਪ੍ਰਧਾਨ ਸਾਹਿਬ ਨਾਲ ਵੀ ਥੋੜ੍ਹੀ ਜਿਹੀ ਇਹਨਾਂ ਦੀ ਵਾਰਤਾਲਾਪ ਜੋ ਹੋਈ ਨਹੀਂ, ਇਹਦੇ ਕਰਕੇ ਫਿਰ ਉਸ ਤੋਂ ਧਰਨਾ ਲੱਗੇ। ਤੁਸੀਂ ਮਹਿੰਦਰਾ ਕੰਪਨੀ ਦੇ ਵਿੱਚ ਲੱਗਿਆ ਦੇਣ ਲੱਗੇ, ਤੁਸੀਂ ਨਹੀਂ ਦੇਖਿਆ ਜੀ ਰੂਟਾਵੇਟਰ ਪੁਰਾਣਾ ਆ ਇਹ? ਉਹ ਸਾਰੀ ਗੱਲਬਾਤ ਹੋਈ ਸੀਗੀ, ਜੋ ਵੀ ਹੈ ਸਾਰਾ ਕੁਛ ਹੋ ਗਿਆ, ਪਰ ਇਹ ਆ ਵੀ ਜਦੋਂ ਸਾਰਾ ਕੁਝ ਹੋ ਗਏ ਬਾਅਦ ਵਿੱਚ ਜਦੋਂ ਆਪਣਾ ਰੂਟਾਵੇਟਰ ਗੱਲ ਹੋ ਗਈ ਵੀ ਆਪਾਂ ਵਾਪਸ ਕਰ ਲਾਂਗੇ, ਨਵੇਂ ਦੇ ਪੈਸੇ ਦਿੱਤੇ ਆ ਵੀ ਨਵਾਂ ਰੂਟਾਵੇਟਰ ਕਹਿ ਕੇ, ਉਹ ਛੱਡੋ ਜੀ, ਜਦੋਂ ਆਪਾਂ ਕਹਿ ਲਈ ਆਪਣੀ ਗੱਲ ਹੋ ਗਈ ਵੀ ਆਪਾਂ ਵਾਪਸ ਕਰ ਲਾਂਗੇ, ਠੀਕ ਹੈ ਨਾ, ਚਾਹੇ ਪੁਰਾਣਾ ਚਾਹੇ ਨਵਾਂ, ਜਦੋਂ ਕਹਿ ਲਈ ਵੀ ਆਪਾਂ ਵਾਪਸ ਚੇਂਜ ਕਰ ਲਾਂਗੇ, ਪੇਮੈਂਟ ਤੇਰੀ ਮੁੜ ਜੂਗੀ, ਫਿਰ ਨਵੇਂ ਪੁਰਾਣੇ ਵਾਲੀ ਗੱਲ ਨਹੀਂ ਰਹੀ, ਠੀਕ ਹੈ ਕਿ ਨਹੀਂ ਜੀ, ਬਸ ਗੱਲ ਖਤਮ ਹੋ ਗਈ ਇੱਥੇ ਜੀ। ਉਸ ਤੋਂ ਬਾਅਦ ਫਿਰ 3-4 ਦਿਨ ਦਾ ਵਿੱਚ ਜੋ ਵੀ ਗੈਪ ਪੈ ਗਿਆ ਵੀ ਪੇਮੈਂਟ ਦਾ ਚੱਕਰ ਪੈ ਗਿਆ, ਪੇਮੈਂਟ ਆਪਾਂ ਵਾਪਸ ਨਹੀਂ ਕਰਦੇ ਜਾਂ ਕੱਟ ਲਾ ਕਰਦੇ ਹਾਂ, ਉਹ ਸਾਰੀ ਅਸੀਂ ਵੀ ਗੱਲਬਾਤ ਕੀਤੀ ਜੋ ਵੀ ਲੈ ਕੇ, ਇਹ ਸਾਰਾ ਕੁਛ ਹੋਇਆ ਜੀ। ਮਨਜੀਤ ਸਿੰਘ ਢੇਂਸਾ ਜੀ, ਜ਼ਿਲ੍ਹਾ ਪ੍ਰਧਾਨ ਬੀਕੇ ਜੀ ਲਖਵਾਲ, ਜ਼ਿਲ੍ਹਾ ਲੁਧਿਆਣਾ। ਧਰਨੇ ਦਾ ਕੀ ਕਾਰਨ ਹੈ? ਧਰਨੇ ਦਾ ਕਾਰਨ ਤਾਂ ਇਹ ਹੈ ਜੀ, ਅੰਗਰੇਜ਼ ਸਿੰਘ ਨੇ 29 ਤਰੀਕ ਨੂੰ ਗੁਰਜੰਟ ਸਿੰਘ ਰਾਹੀਂ ਇਹ ਰੂਟਾਵੇਟਰ ਨਵਾਂ ਲਿਆ ਸੀ ਇਹਨਾਂ ਨੇ। ਜਿਹੜੀਆਂ ਏਜੰਸੀਆਂ ਨੇ ਉਹ ਨਵਾਂ ਹੀ ਵੇਚਦੀਆਂ ਹੁੰਦੀਆਂ ਨੇ, ਜਾਂ ਤਾਂ ਪੁਰਾਣਾ ਦੱਸਦੀਆਂ, ਪੁਰਾਣਾ ਤਾਂ 60-70,000 ਨੂੰ ਮਿਲ ਜਾਂਦਾ, ਇਹ ਅਸੀਂ ਰੌਲੇ ਰੋਲੇ ਜਾਂਦੇ ਰਹਿੰਦੇ ਹਾਂ, ਇਹਨਾਂ ਦੀ ਸਬਸਿਡੀ ਮਿਲ ਜਾਂਦੀ ਹੈ, ਲੈ ਕੇ ਦੁਬਾਰਾ ਸਸਤੇ ਫੇਰ ਲੈ ਲੈਂਦੇ ਨੇ ਉਹਨਾਂ ਤੋਂ, ਉਹ ਇਹਨੂੰ ਕੀ ਜਾਂਦਾ ਘਰ ਜਾ ਕੇ ਉਪਨੇ, ਜਿਵੇਂ ਹੁਣ ਇਹ ਮੁੜੇ ਆਇਆ, ਇਹਨਾਂ ਨਾਲ ਇਹਨਾਂ ਨੇ ਚਲੋ 50,000 ਰੁਪਇਆ ਦੇ ਤਾ, ਚਲੋ ਉਹਨਾਂ ਨੂੰ ਠੀਕ ਘਰਦਿਆਂ ਨੇ ਜਾ ਕੇ ਨਿਆਣਿਆਂ ਨੇ ਦੇਖਿਆ ਦੁਖਿਆ ਵੀ ਇਹ ਪੁਰਾਣਾ ਲੱਗਦਾ, ਉਹਦੇ ਕਰਕੇ ਇਹਨਾਂ ਨੇ ਸਵੇਰੇ ਹੀ ਫੋਨ ਕਰਿਆ ਇਹਨੂੰ ਗੁਰਜੰਟ ਨੂੰ, ਅੰਗਰੇਜ਼ ਸਿੰਘ ਨੇ। ਉਹ ਤੋਂ ਬਾਅਦ ਇਹ ਉਹ ਕਹਿੰਦੇ ਇਹਨੇ ਮਾਲਕਾਂ ਨਾਲ ਗੱਲ ਕਰੀ, ਮਾਲਕ ਕਹਿੰਦੇ ਵੀ ਕੋਈ ਨਹੀਂ ਜੀ ਲਿਆਓ ਖੋਲ ਜੋ ਪੈਸੇ ਲੈ, ਇਹਨੇ ਫਿਰ ਦੇ ਲਓ ਭੇਜਤਾ। ਇਹਨੇ ਅੰਗਰੇਜ਼ ਸਿੰਘ ਨੇ ਗੁਰਜੰਟ ਸਿੰਘ ਨੂੰ ਕਿਹਾ ਵੀ ਦੇਖ ਲੈ ਪੈਸੇ ਪਹਿਲਾਂ ਪਵਾ ਲਾ, ਇਹ ਕਹਿੰਦਾ ਵੀ ਕੋਈ ਨਹੀਂ ਮੇਰੀ ਜ਼ਿੰਮੇਵਾਰੀ ਆ ਗੱਲ ਕੋਈ, ਇਹ ਵਿਸ਼ਵਾਸ ਹੁੰਦਾ ਹੁਣ ਉਹਨਾਂ ਦੇ ਡੀਲਰ ਆ, ਰੋਜ਼ ਦਾ ਬੰਦੇ ਤੇ ਵਿਸ਼ਵਾਸ ਵੀ ਕਰਨਾ ਪੈਂਦਾ ਜੀ। ਚਲੋ ਵਿਸ਼ਵਾਸ ਦੇ ਉੱਤੇ ਇਹਨੇ ਆ ਖਿਲਾਤਾ ਰੂਟਾਵੇਟਰ, ਰੂਟਾਵੇਟਰ ਖਿਲਾ ਕੇ ਮਗਰੋਂ ਜਾਂ ਪੈਸੇ ਪੁੱਛੇ, ਕਹਿੰਦੇ ਪੈਸੇ ਦਿੰਦੇ ਆ ਕੋਈ ਨੀ, ਇੱਕ ਦਿਨ ਕੱਢਤੇ ਦੋ ਕੱਢਤੇ, ਫਿਰ ਇਹਨੂੰ ਕਹਿੰਦੇ ਵੀ ਅਸੀਂ ਤਾਂ ਕੱਟ ਲਾ ਕੇ ਦੇਵਾਂਗੇ 20,000 ਰੁਪਏ। ਇਹਨਾਂ ਨੇ ਇਹ ਵੀ ਕਿਹਾ ਵੀ 1,000-2 ਰੁਪਈਆ, 1,000-2,000 ਰੁਪਇਆ ਚਲੋ ਕੱਟ ਵੀ ਲਾ ਲਓ, ਕੋਈ ਗੱਲ ਨੀ ਵੀ ਅਸੀਂ ਢੱਲ ਲਾਂਗੇ, ਵੀ ਅਸੀਂ ਤਾਂ ਹੋਰ ਲੈਣਾ ਸਵੈਨ ਵਾਲਾ ਲੈਣਾ, ਅਸੀਂ ਨੀ ਲੈਣਾ। ਇਹ ਫਿਰ ਸਵੈਨ ਵਾਲੀ ਕੰਪਨੀ ਨੂੰ ਲੱਗ ਗਏ, ਸਵੈਨ ਵਾਲੇ ਜਿਹਨਾਂ ਦੀ ਏਜੰਸੀ ਆਪਦੀ ਉਹਨੂੰ ਦੇਣਗੇ, ਨਾ ਕਿ ਸੁਖਮਨੀ ਡੀਲਰ ਵਾਲਿਆਂ ਨੂੰ ਨਹੀਂ ਦਿੰਦੇ। ਉਹਨਾਂ ਨੇ ਦਿੱਤਾ, ਉਹ ਕਹਿੰਦੇ ਸਾਡੇ ਮਾਛੂਵਾੜੇ 'ਚ ਹੋਰ ਡੀਲਰ ਨੇ, ਉਹਨਾਂ 'ਤੇ ਜਾ ਕੇ ਲੈ ਲੈਣੇ। ਇਹਨਾਂ ਨੇ ਜੇ ਦੇਤਾ ਵੀ ਅਸੀਂ ਪੈਸੇ ਵਾਪਸ ਕਰਦੇ ਹਾਂ, ਇਹਨਾਂ ਨੇ ਜਾ ਕੇ ਸਵੈਨ ਵਾਲਿਆਂ ਤੋਂ ਰੂਟਾਵੇਟਰ ਲੈ ਲਿਆ ਜੀ। ਹੁਣ ਸਵੈਨ ਵਾਲਿਆਂ ਨੂੰ ਵੀ ਪੈਸੇ ਦੇਈ ਬੈਠੇ ਨੇ, 50,000 ਇਹ ਨਹੀਂ ਮੋੜਦੇ। ਦੇਖੋ ਅਸੀਂ ਆਏ ਇਹਨਾਂ ਨਾਲ ਗੱਲ ਕਰਨੀ ਚਾਹੀ, ਪਹਿਲਾਂ ਤਾਂ ਸਾਨੂੰ ਦੇਖ ਕੇ ਉਹ ਇੱਥੋਂ ਗੱਡੀ 'ਚ ਨਿਕਲ ਗਏ ਜੀ। ਚਲੋ ਅਸੀਂ ਹੱਥ ਵੀ ਮਾਰਿਆ, ਉਹ ਕਹਿੰਦਾ ਮੈਂ ਆਉਣਾ ਘੁੰਮ ਕੇ ਜਾਂ ਚਲੇ ਗਿਆ, ਮੈਂ ਫੋਨ ਕਰਿਆ
ਕਹਿੰਦਾ ਜੀ ਮੈਂ ਬੈਂਕ ਜਾਣਾ ਜ਼ਰੂਰੀ ਆ। ਮੈਂ ਚਲੋ ਕੋਈ ਨੀ ਜਾ ਆਓ ਤੁਸੀਂ। 2 ਘੰਟੇ ਲੱਗ ਜਾਣੇ, 3 ਲੱਗ ਜਾਣੇ ਜੀ। ਮਹਾਂ ਜੀ 4 ਲੱਗ ਜਾਣਾ, ਅਸੀਂ ਬਹਿ ਜਾਂਦੇ। ਫਿਰ ਉਹ ਮੁੜੇ ਆਏ 15-20 ਮਿੰਟ। ਤੁਸੀਂ ਮੈਨੂੰ ਕਾਹਲੀ ਆ ਵੀ 4 ਵਜੇ ਆ ਜਾਇਓ ਜਾਂ ਕੱਲ੍ਹ ਨੂੰ ਆ ਜਾਇਓ। ਅਸੀਂ ਕਿਹਾ ਜੀ ਕੋਈ ਗੱਲ ਨੀ ਵੀ ਅਸੀਂ ਵੀ ਤੁਹਾਨੂੰ ਦੱਸ ਕੇ ਆ ਜਾਂਦੇ ਵਧੀਆ ਸੀ। ਅਸੀਂ ਵਧੀਆ ਉਹਨੂੰ ਡੀਲਿੰਗ ਨਾਲ ਗੱਲ ਕਰੀ ਵੀ 4 ਵਜੇ ਆ ਜਾਂਗੇ ਜਾਂ ਕੱਲ੍ਹ। 2000 ਰੁਪਇਆ ਤੁਸੀਂ ਇਹਨਾਂ ਦੇ ਪੈਸੇ ਨੇ ਵੀ ਇਹਨਾਂ ਨੂੰ ਪੈਸੇ ਵਾਪਸ ਮੋੜ ਦੱਸੋ ਕਦੋਂ ਦਿੰਦੇ ਹੋ, ਕਿੰਨੀ ਕਟੌਤੀ ਕਰਦੇ ਹੋ। ਉਹ ਕਹਿੰਦਾ ਵੀ ਕਟੌਤੀ ਤਾਂ ਅਸੀਂ ਕਰਾਂਗੇ ਜੀ, ਪੈਸੇ ਇਹਨਾਂ ਨੂੰ ਕਾਹਦੇ ਦਈਏ। ਅਸੀਂ ਨਾ ਇਹਨਾਂ ਨੂੰ ਪੈਸੇ ਦੇਣੇ ਨੇ, ਨਾ ਅਸੀਂ ਰੂਟਾਵੇਟਰ ਦੇਣਾ। ਜਿਹੜਾ ਕੁਛ ਉੱਤੇ ਹੁੰਦਾ ਤੁਸੀਂ ਵੀ ਆਪਣਾ ਜ਼ੋਰ ਲਾ ਲਿਓ। ਐਂ ਕਹਿ ਕੇ ਉਹ ਗੱਡੀ 'ਚ ਬਹਿ ਕੇ ਸਰਦਾਰ ਜੀ ਚਲੇ। ਅਸੀਂ ਮੰਗ ਕਰਦੇ ਹਾਂ ਇਹ ਡੀਲਰ ਦੀ ਡੀਲਰਸ਼ਿਪ ਵੀ ਉਹ ਹੋਣੀ ਚਾਹੀਦੀ ਆ, ਜਿਹੜੇ ਜ਼ਿਮੀਂਦਾਰ ਨਾਲ ਵਿਹਾਰ ਇਹੋ ਜਿਹਾ ਕਰਦੇ ਨੇ, ਕੈਂਸਲ ਕਰਨੀ ਚਾਹੀਦੀ ਆ। ਔਰ ਜ਼ਿਮੀਂਦਾਰਾਂ ਨਾਲ ਡੀਲਰ ਵਧੀਆ ਹੋਣੀ ਚਾਹੀਦੀ ਆ। ਔਰ ਜਿਹੜੇ ਪੁਰਾਣੇ ਵੇਚਦੇ ਨੇ, ਮੈਂ ਮਹਿਕਮਾ ਐਗਰੀਕਲਚਰ ਨੂੰ ਵੀ ਕਹੂੰਗਾ, ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ। ਕੀ ਨਾਮ ਆ ਜੀ? ਸੁਰੇਸ਼ਪਾਲ ਸਿੰਘ ਨਾਮ ਹੈ ਜੀ ਮੇਰਾ। ਮਸਲਾ ਇਹ ਸਾਡੇ ਸ਼ੋਪ ਤੋਂ ਰੋਟਾਵੇਟਰ ਗਿਆ ਹੋਇਆ ਤੇ ਰੋਟਾਵੇਟਰ ਲਵਾਉਣ ਵਾਲਾ ਮਹਿੰਦਰਾ ਕੰਪਨੀ ਤੋਂ ਰੀਪ੍ਰਜੈਂਟ ਕਰ ਰਿਹਾ ਗੁਰਜੰਟ ਸਿੰਘ। ਉਹਨਾਂ ਨੇ ਆਪਣੇ ਮਾਮੇ ਨੂੰ ਰੋਟਾਵੇਟਰ ਲਗਵਾਇਆ ਸੀ। ਰੋਟਾਵੇਟਰ ਦਾ ਪ੍ਰਾਈਸ ਤਾਂ ਹੈਗਾ MRP 1,35,000 ਸੀ, ਪਰ ਉਹਨਾਂ ਨੇ ਸਪੈਸ਼ਲ ਡਿਸਕਾਊਂਟ ਦੇ ਕੇ 1,16,000 ਰੁਪਏ ਦਾ ਦਵਾਇਆ, ਕਿਉਂਕਿ ਗੁਰਜੰਟ ਦਾ ਆਪਣੇ ਮਾਮੇ ਨਾਲ ਲੈਣ ਦੇਣ ਹੈਗਾ ਉਸ ਚੱਕਰ ਦੇ ਵਿੱਚ। ਦੇਖੋ ਰੋਟਾਵੇਟਰ ਬਿਲਕੁਲ ਵੀ ਪੁਰਾਣਾ ਨਹੀਂ ਹੈ, 23 ਮਾਡਲ ਨਵਾਂ ਰੋਟਾਵੇਟਰ ਦਿੱਤਾ ਹੈਗਾ। ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਨੂੰ ਇਹ ਲੱਗਦਾ ਪੁਰਾਣਾ, ਕਿਉਂਕਿ ਰੋਟਾਵੇਟਰ ਮੈਂ ਨਹੀਂ ਸੇਲ ਕੀਤਾ, ਮੈਂ ਇੱਥੇ ਨਹੀਂ ਸੀਗਾ, ਮੈਂ ਬਾਹਰ ਸੀਗਾ। ਅੰਗਰੇਜ਼ ਸਿੰਘ ਜੋ ਫਾਰਮਰ ਰੋਟਾਵੇਟਰ ਲੈ ਕੇ ਗਿਆ, ਉਹਦਾ ਹੀ ਸਗਾ ਭਾਣਜਾ ਗੁਰਜੰਟ ਸਿੰਘ ਪਿੰਡ ਕੁੰਕਿਆਂ ਤੋਂ ਰੋਟਾਵੇਟਰ ਦਾ ਸੌਦਾ ਉਹਨੇ ਕੀਤਾ, ਰੋਟਾਵੇਟਰ ਉਹਨੇ ਹੀ ਦਿਖਾਇਆ। ਇਹ ਅੰਗਰੇਜ਼ ਸਿੰਘ ਤੋਂ ਗੁਰਜੰਟ ਨੂੰ ਪੁੱਛਿਆ ਜਾਏ ਭਾਈ ਇਹ ਰੋਟਾਵੇਟਰ ਆਪਣੇ ਮਾਮੇ ਨੂੰ ਪੁਰਾਣਾ ਕਿਉਂ ਦਵਾਇਆ ਉਹਨੇ, ਜੇ ਉਹਦਾ ਮਾਮਾ ਪੁਰਾਣਾ ਕਹਿ ਰਿਹਾ ਜਦਕਿ ਪੁਰਾਣਾ ਨਹੀਂ ਹੈ। ਫਿਰ ਇਹ ਗੁਰਜੰਟ ਸਿੰਘ ਦੱਸੇ ਕਿ ਪੁਰਾਣਾ ਰੋਟਾਵੇਟਰ ਕਿਹੜੀ ਸਾਈਡ ਤੋਂ, 23 ਮਾਡਲ ਹੈ। ਉਹਨਾਂ ਨੇ 50,000 ਰੁਪਏ ਨਹੀਂ ਭਾਜੀ, ਪੇਮੈਂਟ ਵਾਪਸ ਨਹੀਂ ਹੋਏਗੀ, ਮੈਂ ਉਹਨਾਂ ਰੋਟਾਵੇਟਰ ਦੇ ਦਾਂਗਾ। ਇਹ ਰਿਪਲੇਸ ਕਰਨਾ ਚਾਹੁੰਦੇ, ਰਿਪਲੇਸ ਕਰਕੇ ਦੂਜਾ ਦੇ ਦਾਂਗੇ। ਨਹੀਂ ਅਸੀਂ ਰੋਟਾਵੇਟਰ ਹੀ ਦੇਵਾਂਗੇ, ਪੇਮੈਂਟ ਨਹੀਂ ਦੇਵਾਂਗੇ, ਪੇਮੈਂਟ ਵਾਲਾ ਕੋਈ ਸ਼ਡਿਊਲ ਨਹੀਂ ਹੈ। ਬਿਲਕੁਲ ਇਹ ਗੱਲ ਹੋਈ ਆ, ਪਰ ਜਦੋਂ ਇਹਨਾਂ ਦੇ ਬੰਦਿਆਂ ਦਾ ਸਾਨੂੰ ਧਮਕੀ ਭਰੇ ਫੋਨ ਆਉਣ ਲੱਗ ਗਏ ਜਾਂ ਡਰਾਉਣ ਲੱਗ ਗਏ, ਔਰ ਇਹ 20-25 ਬੰਦੇ ਲੈ ਕੇ ਆ ਗਿਆ ਔਨ ਰਿਕਾਰਡ ਸਾਡੇ ਕੋਲ ਪਿਆ, ਅਸੀਂ ਇਹਨਾਂ ਨੂੰ ਕਿਹਾ ਵੀ ਰੋਟਾਵੇਟਰ ਤੁਸੀਂ ਦੂਸਰਾ ਲੈ ਜਾਓ ਜਿਹੜਾ ਤੁਹਾਨੂੰ ਚਾਹੀਦਾ, ਸਾਡੇ ਨਾਲ ਫੈਕਟਰੀ ਚਲੋ ਤੁਹਾਨੂੰ ਉੱਥੋਂ ਲੈ ਦਿੰਦੇ ਹਾਂ। ਪਰ ਸਾਡੀ ਬਹੁਤ ਵੱਡੀ ਇਨਸਲਟ, ਇਹਨਾਂ ਨੇ ਬਹੁਤ ਹੰਗਾਮਾ ਕਰਿਆ ਆ ਕੇ 20-25 ਬੰਦੇ ਲੈ ਕੇ ਆਇਆ, 20-25 ਬੰਦੇ ਲੈ ਕੇ ਸਾਨੂੰ ਇੱਥੇ ਡਰਾਇਆ ਧਮਕਾਇਆ, ਕੋਈ ਕਹਿੰਦਾ ਟਿੱਪਰ ਥੱਲੇ ਸਿਰ ਦੇ ਦਿਓ, ਕੋਈ ਕਹਿੰਦਾ ਧੱਕੇ ਨਾਲ ਪਾ ਕੇ ਲੈ ਜਾਵਾਂਗੇ। ਦੇਖੋ ਕਿਹੜਾ ਦੁਕਾਨਦਾਰ ਚਾਹੁੰਦਾ ਕਿ ਆਪਣੀ ਇਮੇਜ ਖਰਾਬ ਹੋਵੇ ਜਾਂ ਦੁਕਾਨ ਖਰਾਬ ਹੋਵੇ, ਔਰ ਕਿਹੜਾ ਦੁਕਾਨਦਾਰ ਪੈਸੇ ਮੋੜਦਾ? ਇਹ ਚੀਜ਼ ਦੇ ਨੁਕਸਾ ਅਸੀਂ ਉਹਨੂੰ ਚੇਂਜ ਕਰ ਸਕਦੇ ਹਾਂ, ਬਟ ਉਹ ਰੋਟਾਵੇਟਰ ਬ੍ਰਾਂਡ ਨਹੀਂ ਹੋਇਆ, ਸਾਹਮਣੇ ਰੋਟਾਵੇਟਰ ਪਿਆ ਜਿੱਥੇ ਕਿਸਾਨ ਯੂਨੀਅਨ ਬੈਠੀ ਹੋਈ ਹੈ, ਤੁਸੀਂ ਆਪ ਚੈੱਕ ਕਰ ਸਕਦੇ ਹੋ। ਧਰਨਾਕਾਰੀ ਆਪਣਾ ਕੰਮ ਕਰ ਰਹੇ ਹਾਂ ਕਦੋਂ ਤੋਂ, ਕਿਉਂਕਿ ਇੱਕ ਤਰਫਾ ਚੱਲ ਰਿਹਾ ਕਰ ਰਹੇ ਤੋਂ ਵੀ ਆਪਾਂ ਇਹੀ ਬੇਨਤੀ ਹੈ ਜੀ, ਪੈਸੇ ਨਹੀਂ ਮੋੜ ਸਕਦੇ, ਕਿਉਂਕਿ ਉਹ ਪੈਸੇ, ਹਾਂ ਉਹ ਪੈਸੇ ਮੈਂ ਕੰਪਨੀ ਦੇ ਵਿੱਚ ਮਹਿੰਦਰਾ ਐਂਡ ਮਹਿੰਦਰਾ ਦੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਹੋਏ ਆ। 3 ਲੱਖ ਪਾਣੇ ਸੀ, 3.5 ਲੱਖ ਪਾਇਆ, ਜੋ 50,000 ਉਹਨਾਂ ਦਿੱਤਾ, ਇਹਦਾ ਪ੍ਰੂਫ ਆਨਲਾਈਨ ਪਿਆ ਹੋਇਆ, ਗੁਰਜੰਟ ਕੋਲ ਪਿਆ ਹੋਇਆ, ਇਹ ਸਾਰੇ ਕਰਤੇ ਧਰਦੇ ਦਾ ਗੁਰਜੰਟ ਸਿੰਘ ਆ, ਗੁਰਜੰਟ ਸਿੰਘ ਇਹਦਾ ਜਵਾਬ ਦੇਣਾ। ਬਾਈ ਧੰਨਵਾਦ।